ਦੁੱਧ ਮਾਣ ਲੱਗੇ, ਦੇਖੋ ਪੂਰੇ ਬੋਤਲ ਹੀ ਭਰ ਲਿਆ ਬਾਬਾ ਜੀ। ਜਾਓ ਅੰਦਰ, ਚੱਲੋ ਜਾਓ ਜਾਓ ਅੰਦਰ, ਜਾਓ ਅੰਦਰ ਜਾਓ ਜਾਓ, ਜਲਦੀ 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 ਜਲਦੀ, ਬਲਾਕ ਸਭ ਕੋ, ਬਲਾਕ ਲਾ ਸਭ ਕੋ ਸਭ ਕੋ। ਅਭੀ ਜੀ ਬੱਚੇ ਆ ਰਹੇ ਜੀ, ਬੱਚੇ ਆ ਰਹੇ, ਜਲਦੀ 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 ਆ ਜਾ, ਜਲਦੀ ਆ, ਅਜ਼ਾਨੇ ਵੀ ਹੋਣ ਲੱਗ ਗਏ। ਜਲਦੀ ਜਲਦੀ ਆ, ਵੇਖ ਗਿਆ ਬੰਦਾ ਕਿਹੜੇ ਕੜ ਗਿਆ, ਲੈ ਆਈ 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 ਗਾਈ, ਆ ਜਾ ਆ ਜਾ ਆ ਜਾ, ਜੇ ਜੀ ਮੋਹਿਤ ਭਾਈ ਕਾ ਦੋਸਤ, ਜੇ ਦੇਖੇ ਆ ਜਾ ਆ ਜਾ ਜੇ, ਕਿਸ ਕਾ ਦੇ ਦੇ ਕਿਸੇ ਦੇ ਛੱਕੇ ਮਾਰ, ਛੱਕੇ ਸੱਤ ਨੀ ਮਾਰਨੇ, ਭਾਈ ਆਪ ਨੀ ਆਇਆ ਪੀਣਾ, ਆਪ ਨੀ, ਆਪ ਕਿੱਥੇ ਗਏ ਤੇ, ਤੇਰੇ ਦੋਸਤ ਨੀ ਆਏ, ਤੇਰੇ ਦੋਸਤ ਨੀ ਆਏ, ਹੈਂ ਆਪਣੇ ਦੋਸਤੋਂ ਕੋ ਵੀ ਲਿਖ ਲਓ, ਜਾ ਯਾਰ ਕਿਹੜਾ ਅੰਦਰ ਨਹੀਂ ਆ ਰਿਹਾ, ਕਿਹੜਾ ਅੰਦਰ ਨਹੀਂ ਆ ਰਿਹਾ, ਬੱਚੇ ਆ ਬਈ ਬੱਚੋ ਕੋ, ਜਿਦਾਂ ਕੋਈ ਜਿਹੜੇ ਪਤੰਦੀ ਸ਼ਾਇਦ ਮਿਲ ਗਏ ਦੌੜ ਜਾਂਦੇ ਨੇ, ਚੌਂਕ ਬਈ ਗੂੰਦ ਬਾਂਧ ਰਹੇ ਆ, ਹਮ ਵੀ ਗੂੰਦ ਮਾਰ ਰਹੇ ਨੇ, ਬੱਚੇ ਉੱਧਰ ਦੌੜ ਗਏ, ਚਲੋ ਕੋਈ ਗੱਲ ਨਹੀਂ ਯਾਰ। ਸੋ ਬਾਈ ਜੀ ਵੈਲਕਮ ਬੈਕ ਕਰਦੇ ਹਾਂ, ਅਸਲਾਮ ਵਾਲੇਕੁਮ ਬੜੀ ਵੱਡੀ, ਕਿਆ ਹਾਲ ਚਾਲ ਆ, ਠੀਕ ਹੈ, ਉਮੀਦ ਕਰਦੇ ਜੀ ਆਪ ਸਭ ਠੀਕ ਹੋ, ਫਿਟ ਫਾਟ ਹੋਗੇ। ਸੋ ਵੈਲਕਮ ਬੈਕ ਕਰਦੇ ਹਾਂ ਜੀ ਆਪ ਸਭ ਕੇ ਕਹਿੰਦਾ ਬ੍ਰਾਂਡ ਨਿਊ ਫੁੱਲ ਪਾਵਰ ਸਵੈਗ ਵਾਲੇ ਲੋਕ ਕੇ ਅੰਦਰ, ਅਭੀ ਮਜ਼ਾ ਆਏਗਾ ਨਾ ਭਿੜੋ। ਸੋ ਆਜ ਹੈ ਜੀ, ਖਤਮ ਚਲਾਇਆ ਥਾ ਤਸਵੀਰ ਲਗਾਈ ਸੀ, ਤੋ ਮੈਨੇ ਕਹਾ ਸੀ ਯਾਰ ਵਲੋਗ ਹੀ ਬਣਾ ਲਈ ਜਾਏ, ਕਿਉਂਕਿ ਕਾਫੀ ਦਿਨ ਹੋ ਗਏ ਵਲੋਗ ਇੱਕ ਦਿਨ ਹੋ ਕੇ ਨਹੀਂ ਬਣਾਇਆ ਥਾ, ਤੋ ਮੈਨੇ ਕਹਾ ਵਲੋਗ ਬਣਾ ਲਿਆ, ਅਭੀ ਦਾ ਸੌ ਪਰਸਾਂ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਸ਼ਰੇਫ ਸਾਹਿਬ ਚੰਗਾ ਤੋਂ ਬੈਠਾ ਬੱਚੇ ਨਹੀਂ ਆਉਂਦੇ ਪਏ ਹੈ, ਤੂੰ ਵੀਡੀਓ ਬਣਾ ਲੈ ਤਾਂ ਯਾਰ, ਚੰਗਾ ਪਰ ਸੁੱਤਾ ਮੈਨੂੰ ਸੁੱਤਾ ਰਹਿਣ ਦਿੰਦੇ, ਹਾਂ ਇਹਦੀ ਵੀਡੀਓ ਬਣਾਈਏ, ਓ ਇਕੱਲਾ ਭਾਈ ਲੱਗਿਆ ਹੋਇਆ ਦੇਖੋ, ਹਾਂ ਇਕੱਲਾ ਹੀ ਲੱਗਿਆ ਹੋਇਆ, ਅੱਜ ਇਕੱਲੇ ਮੈਂ ਉਹਦਾ ਗੁਲਾਬ ਭਰ ਭਰ ਪੀ ਜਾ, ਸਿਰਫ ਕਿਹਨੇ ਤੂੰ ਬਣਾਇਆ, ਟੇਸਟੀ ਬਣਾਇਆ ਕਿ ਐਵੇਂ ਨਹੀਂ, ਹਾਂ ਲੰਗਰ ਸਟਾਰਟ ਹੋਣਾ ਵੰਡਣਾ, ਤੂੰ ਦੌੜ ਲਾ ਦਾ ਜਲਦੀ ਜਲਦੀ, ਨਹੀਂ ਹਾਂ ਇਸ ਸਿਰਫ ਡਾਲ ਦੋ, ਇਸ ਡਾਲ ਦੋ, ਫਿਰ ਉਸ ਡਾਲ ਦੇ, ਨਵੇਂ ਗੱਡੇ ਪੁਰਾਣੇ ਟਾਇਰ ਸੱਟ ਲਵਾਈ ਜਾਂਦੇ, ਦੇਖ ਬੱਚਿਆਂ ਨੂੰ, ਬੱਚਿਆਂ ਨੂੰ ਦੀਓ ਤੇ ਆਪ ਨਾ ਪੀ ਜਿਓ, ਪਾ ਤਾਂ ਦੇ ਵਿਚਾਰੀ ਨੂੰ, ਉਹ ਕਹਿੰਦੇ ਮੈਨੂੰ ਭਰ ਕੇ ਦੇ, ਜਾ ਮੁੰਡਾ ਬਹੁਤ ਥੱਕ ਗਿਆ, ਬੱਚੇ ਬੁਲਾ ਬੁਲਾ ਕੇ, ਬੱਚੇ ਬੁਲਾ ਬੁਲਾ ਕੇ ਬਹੁਤ ਥੱਕ ਗਿਆ ਮੁੰਡਾ, ਹੁਣ ਇਹਨੂੰ ਸੀ ਬੁਲਾਉਣਾ, ਆਹੋ ਜੀ ਜਿਤਨੇ ਬੱਚੋਂ ਕੰਮ ਨੇ ਘਰ ਬੁਲਾ ਕੇ ਬਾਂਧਣਾ ਥਾ, ਉਹ ਬਾਂਧ ਕੇ ਵੀਡੀਓ ਮੈਂ ਪੂਰੀ ਨਹੀਂ ਬਣਾਈ, ਮੈਂ ਅੱਛਾ ਨਹੀਂ ਲੱਗਦਾ ਪੂਰੀ ਵੀਡੀਓ ਬਣਾਈ, ਤਾਂ ਮੋਹਿਤ ਸਾਹਿਬ ਜਾ ਰਹੇ ਹਾਂ ਬਾਜ਼ਾਰ, ਐ ਡੂੰਡ ਮਾਰਨੇ ਕੇ ਜਗ ਬੜ ਬੜ ਕੇ ਆਪਣੇ ਚੌਂਕ ਮੇ ਜਾਏਗਾ, ਮੋਹਿਤ ਸਾਹਿਬ ਕੋ ਜਾ ਕੇ ਵਹਾਂ ਪਰ ਡਿਸਟ੍ਰੀਬਿਊਟ ਕਰੇਗਾ,
ਮੂੰਹ ਤੇਰੇ ਮੈਲ ਜੰਮੀ ਹੋਈ ਜੇ ਪੂਰੇ ਪਾਨ ਨਾ, ਪਰ ਮਾਰੇ ਸਾਹਿਬ ਫਾਇਕ ਵੀ ਆ ਜੇ ਬਾਂਟੇਗਾ। ਭਾਈ ਸਾਹਿਬ ਕੈਸਾ ਲੱਗ ਰਿਹਾ ਆਪਕੋ? ਬਸ ਐ ਕਰੀ ਜਾਂਦਾ ਪਿਆ। ਕਿਆ ਹੋਰ? ਅੱਛਾ ਜੀ, ਆਓ ਜੀ, ਆਓ ਜੀ, ਆਓ ਜੀ। ਦੁੱਧ ਪੀ ਲਿਆ ਹਮਨੇ, ਬਹੁਤ ਮਜ਼ੇਦਾਰ ਥਾ ਯੇ ਦੁੱਧ। ਅਬ ਮੈਂ ਜਾ ਰਹਾ ਹੂੰ, ਅਬ ਛੱਕੇ ਮਾਰ ਲੈਣਾ ਜਾ ਕੇ ਅਬ ਤੋਂ। ਉਹ ਗੱਡੀ, ਉਹ ਗੱਡੀ 'ਚ ਬਹਿ ਰਿਹਾ ਉਹ ਆਇਆ ਬਾਈ, ਉਸ ਕਮੀ ਤੋਂ ਸਿੱਧੇ ਹੱਥ ਦੇ ਭਾਈ, ਸਿੱਧੇ ਹੱਥ ਦੋਨੋਂ ਹੱਥ ਦੇ ਦੇ। ਅੱਛਾ, ਵੋ ਪਕੜ, ਵੋ ਪਕੜ, ਗਲਾਸ ਗਲਾਸ ਪਕੜ, ਵੋ ਭਾਈਓ ਕੋ ਵੀ ਦੋ ਭਾਈ ਦੇ ਰਹਾ ਜੀ। ਆਜ ਫਸਟ ਟਾਈਮ ਆਜ ਡਿਸਟ੍ਰੀਬਿਊਟ ਕਰ ਰਹਾ, ਦੇਖ ਕੇ ਇੱਥੇ ਲਗਾਇਆ ਹਮਨੇ ਆਸੇ ਕੰਮ ਪਰ, ਕਿ ਆਸੇ ਕਰ ਰਹਾ ਦੇਖ ਕੇ ਆ ਰਹੀ ਕਿ ਚੈੱਕ ਕਰ, ਕਰੋਨੀ ਚੈੱਕ ਕਰ। ਪਾਰਕਿੰਗ ਬੁਲਾਓ, ਪਾਰਕਿੰਗ ਬੁਲਾਓ, ਜਲਦੀ ਬੁਲਾ ਦੋ। ਅਭੀ ਦੋ ਤਿੰਨ ਦਿਨ ਹੈ, ਜੋ ਦੋ ਤਿੰਨ ਦਿਨ ਹੈ ਇਸਮੇ ਨਿਆਰ ਦੀ ਯਾਰ ਬਾਂਟਤੇ, ਸਭ ਲੋਕ ਹਮ ਵੀ ਬਾਂਟਤੇ, ਪੂਰੀ ਦੁਨੀਆ ਬਾਂਟਤੀ ਯਾਰ, ਬਾਂਟਣੀ ਵੀ ਚਾਹੀਏ। ਅੱਛਾ ਤਾਂ ਸਵਾਬ ਹੁੰਦਾ ਹੈ, ਤੁਸੀਂ ਵੀ ਸਵਾਬ ਕਮਾਓ, ਅਸੀਂ ਵੀ ਸਵਾਬ ਕਮਾਉਂਦੇ ਆਇਓ। ਮੋਏ ਸਾਹਿਬ ਚਲੀਏ, ਮੋਗਿਆ ਦੇ ਫਿਨਿਸ਼ ਹੋ ਗਿਆ ਹੈਂ, ਕਿਆ ਆਪ ਤੋਂ ਪੀਤਾ ਦਾਦੇ ਮੈਨੂੰ, ਖੁਦ ਪੀਏ ਨਾ, ਬੋਲੋ ਦੀ ਫਾਈ ਨੇ ਪੀਆ ਸਭ ਸਾਰਾ ਨਾ, ਕਹਿੰਦਾ ਹਾਂ ਦੋ ਵਾਰ। ਇਸ ਬੰਦੇ ਨੂੰ ਦਿਹਾੜੀ ਰੱਖ ਲਿਆ, ਜਿਹਨੇ ਕਿੰਨੇ ਦਿਹਾੜੀ, 200 ਰੁਪਏ ਦਿਹਾੜੀ ਰੱਖਿਆ ਨੂੰ, 200 ਰੁਪਏ ਦਿਹਾੜੀ, ਪਾਸ ਦੇ ਨਾਂ ਤੇ ਮਾਰਨੇ ਦਿਹਾੜੀਦਾਰ ਨੇ ਅਸੀਂ ਵਫਾ, ਇਹਨੇ ਇਹ ਕੈਮਰੇ ਕੀ ਆਇਆ ਕਹਿਣਾ, ਜਾ ਕੇ ਉਹਨੇ ਮਾਰਨੇ ਦੋ ਛੁੱਟੀਆਂ ਮਾਰਨੀਆਂ, ਇਹਨੇ ਸਾਹਮਣਾ ਪਹਿਲੇ ਜਾ ਕੇ ਕਹਿਣਾ ਮੈਨੂੰ 200 ਰੁਪਏ ਦੇ ਦਿਓ ਮੇਰਾ। ਨਾ 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 ਉਹ ਲੱਗ ਜਾਣੀ ਹੈ ਬਾਕੀ ਵੱਡਾ ਫੜਾ ਮੈਨੂੰ ਵੱਡਾ, ਉਹ ਬਾ ਪਿੱਛੇ ਪਏ ਪਿੱਛੇ ਤੇਰੇ, ਉਹਦਾ ਮਾਰਨ 200 ਰੁਪਇਆ, ਇਹਦਾ ਮਾਰਨ 300 ਰੁਪਇਆ ਵਾ। ਹਾਂਜੀ ਹਾਂਜੀ, ਤੂੰ ਰੱਖੀਏ ਝੂਠ ਨੀ ਬੋਲਣਾ, ਰਿਜ਼ਾ ਖਾਣੇ ਤੇ ਬੈਠਾ ਆਪਣਾ ਤੂੰ, ਕਿੱਥੋਂ ਦੇਖੋ ਲਈ ਆ, ਪੂਰਾ ਬਾਜ਼ਾਰ ਵੇਖ ਰਿਹਾ ਇਹਨੂੰ, 300 ਰੁਪਏ ਦਿਹਾੜੀ ਤੇ ਆ ਗਿਆ ਜੇ, ਬਾਕੀ ਛੁਰੀਆਂ ਤੇਜ਼ ਹੋ ਰਹੀਆਂ ਜੇ ਸਾਰੀਆਂ ਪਾਸੇ, ਛੁਰੀਆਂ ਫੁੱਲ ਤੇਜ਼ ਕਰ ਰਹੇ ਨੇ ਭਾਈ ਯਾਰ, ਛੁਰੀਆਂ ਇੰਦੀਆਂ ਤੇਜ਼ ਕਰਨੀਆਂ ਜੇ ਹੈ, ਛੁਰੀਆਂ ਇੰਦੀਆਂ ਤੇਜ਼ ਕਰਨੀਆਂ, ਜਿਹੜਾ ਪਿਆ ਪੂਰਾ ਪੱਟ ਪਵੇ ਤਾਂ ਸਾਰੇ ਚਾਲੂ ਆ, ਐਂਦਾ ਪੱਟ ਪਵੇ ਅੱਗੇ ਛੁਰੀਆਂ ਨਾ ਫੜਨ ਕੋਈ ਵੀ, ਓਕੇ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ, ਓਕੇ ਹੋ ਗਿਆ ਬਹੁਤ ਜੀ। ਉਧਰ ਤੇ ਘਰ ਆਏ, ਘਰ ਆ ਕੇ ਸਮਾਨ ਕੀ ਸ਼ਿਫਟਿੰਗ ਉੱਪਰ ਤੋਂ ਨੀਚੇ ਕਰਨੀ ਸੀ, ਜੋ ਸਮਾਨ ਉੱਪਰ ਥਾ ਉਹ ਸਾਰਾ ਨੀਚੇ ਗਿਆ, ਓਏ ਹੋਏ ਹੋਏ, ਮੱਤ ਤੋਂ ਵੱਜ ਗਈ, ਮੱਤ ਨਹੀਂ ਹੁੰਦੀ ਮੱਤ, ਮੱਤੋਂ ਮੱਤ ਉਹ ਵੱਜ ਗਈ। ਤਾਂ ਵੀ ਨਹਾ ਕੇ ਫਰੈਸ਼ ਹੋਏ, ਅਭੀ ਭੂਖ ਬਹੁਤ ਜ਼ਬਰਦਸਤ ਲੱਗੀ ਹੈ, ਉਹ ਖਾਤੇ ਹਾਂ, ਬਾਅਦ ਮੈਂ ਹਮਨੇ ਸ਼ਦੇਵ ਭਾਈ ਕੋ ਇੱਕ ਸਰਪ੍ਰਾਈਜ਼ ਦੇਣਾ ਹੈ, ਬੜਾ ਘੈਂਟ ਸਰਪ੍ਰਾਈਜ਼ ਉਹ ਦੇਣਗੇ ਅਜੇ, ਇਹ ਨਹੀਂ ਉਹ ਗਿਫਟ ਮੇਰੇ ਭਾਈ ਤੋਂ ਆਜੋ ਅਲੀ ਕੇ ਪਾਸ ਸੀ, ਉਸਨੇ ਹੁਣ ਸ਼ਾਇਦ ਮੇਰੇ ਲਈ ਲਈ ਸੀ, ਚੈੱਕ ਕਰੇ ਅਭੀ ਸ਼ਦੇਵ ਭਾਈ ਕੋ ਦੇਤੇ ਹੈ, ਸ਼ਦੇਵ ਸਾਹਿਬ, ਸ਼ਦੇਵ ਸਾਹਿਬ ਸੈਟਿਸਫਾਈਓ, ਸੁਬਹਾ ਤੋਂ ਤੇਜ਼ ਦਿਹਾੜੀ ਆ 300 ਰੁਪਇਆ, ਅਤੇ ਮੇਰਾ ਵੀਰ ਮੈਂ ਕੋਈ ਕੰਪਲੇਂਟ ਨਹੀਂ ਹੋਣੀ ਚਾਹੀਏ, ਠੀਕ ਹੈ ਸਜਾ ਆਪੇ ਤੇਜ਼ ਕਰਵਾਉਣੀ ਜੇ, ਪਾਠ ਪੂਰ ਪੈਣ ਚਾਹੀਦੇ ਚੰਗੇ ਭਲੇ, ਓ ਦੇ ਸਾਹਿਬ ਮੱਥੇ ਰੱਖ ਕੇ ਐਂ ਕਰਕੇ ਤੇਰਾ
ਇੱਕ ਵਾਰੀ ਫੇਰ ਬੜਾ ਲੱਗੇ ਦਿੱਤਾ ਜੀ ਆਪਣੇ ਲਈ ਕਰਾਂ ਸਪੈਸ਼ਲ ਹੈ ਕਿ ਨਹੀਂ ਅਸਲੀ ਪੂਰੀ ਅਸਲੀ ਤਲਵਾਰ ਜੇ ਹਾਂ ਚੈੱਕ ਕਰੋ ਅੱਛਾ ਜੀ A few inches later ਸ਼ਦੇਵ ਭਾਈ ਕੀ ਬਾਤ ਸੁਣੀ ਉਸਦੀ ਬਹੁਤ ਸੀਰੀਅਸ ਬਾਤ ਸੀ ਆਪਕੋ ਪਤਾ ਸੀ ਬਾਤਾਂ ਕਿਤਨੀ ਸੀਰੀਅਸ ਹੋਤੀ ਹੈ ਤੋ ਮੈਂ ਉਸ ਲਈ ਉਸਕਾ ਗ੍ਰਿਪ ਨਹੀਂ ਬਣਾਇਆ ਸੀਰੀਅਸ ਸੀਰੀਅਸ ਜ਼ਿਆਦਾ ਬਾਤਾਂ ਕਰਦਾ ਅੱਜ ਕੱਲ੍ਹ ਚਲੋ ਕੋਈ ਗੱਲ ਨਹੀਂ ਯਾਰ ਤੋ ਭਾਈ ਐਵੇਂ ਦਰਬਾਰ ਵਗੈਰਾ ਬਸ ਗਿਫਟ ਮਿਲਿਆ ਉਸ ਚੀਜ਼ ਨਾਲ ਲੈ ਲੈਣਾ ਮੈਂ ਸ਼ਦੇਵ ਭਾਈ ਕੇ ਲੈ ਕੇ ਛੁਰੀਆਂ ਮਾਰਨੇ ਕੇ ਲਈ ਐਸੇ ਕਰਨਾ ਸਖ਼ਤ ਤਰੀਨ ਗੁਨਾਹ ਹੈ ਭਾਈ ਬਹੁਤ ਹੀ ਸਖ਼ਤ ਤਰੀਨ ਗੁਨਾਹ ਹੈ ਪੀਟਣਾ ਨਹੀਂ ਚਾਹੀਏ ਨਾ ਛੁਰੀਆਂ ਮਾਰਨੀ ਚਾਹੀਏ ਬਾਕੀ ਅੱਲਾ ਖੈਰ ਕਰੇ ਜੋ ਜੈਸਾ ਹੈ ਉਹ ਵੈਸਾ ਹੀ ਰਹਿਣ ਦੇ ਅੱਛੀ ਬਾਤ ਹੈ ਠੀਕ ਹੈ ਨਾ ਨਾ ਕਿਸੇ ਪਰ ਆਵਾਜ਼ ਉਠਾਏ ਨਾ ਕਿਸੇ ਸ਼ੀਏ ਪਰ ਆਵਾਜ਼ ਉਠਾਏ ਅੱਜ ਕੱਲ੍ਹ ਬਹੁਤ ਟ੍ਰੈਂਡ ਚੱਲ ਰਿਹਾ ਕਿ ਸੁਣੀ ਸ਼ੀਏ ਕਿ ਨਾ ਬਹੁਤ ਜ਼ਿਆਦਾ ਜ਼ਰਾ ਤਲਕਾਤ ਨਾ ਖਰਾਬ ਅੱਜ ਕੱਲ੍ਹ ਹੋਵੇ ਹੈ ਸੋਸ਼ਲ ਮੀਡੀਆ ਪਰ ਇਤਨੇ ਜ਼ਿਆਦਾ ਕਿ ਕਿਆ ਹੀ ਆਪਕੋ ਬਤਾਏ ਹਰ ਕੋਈ ਜੋ ਸ਼ੀਏ ਸੁਣੀ ਹੈ ਉਹ ਸ਼ੀਏ ਕੋ ਪੰਜਾਬੀ ਲਫ਼ਜ਼ ਜੈਸਾ ਭੰਡ ਰਿਹਾ ਜੇ ਉਸਦੇ ਖਿਲਾਫ਼ ਬਾਤਾਂ ਕਰ ਰਿਹਾ ਐਸੇ ਔਰ ਸ਼ੀਆ ਸੁਨੀਓ ਕੋ ਐਸੇ ਐਸੇ ਲੱਗੇ ਹੋਏ ਹੈ ਕਾਫੀ ਜ਼ਿਆਦਾ ਲੱਗੀਆਂ ਅੱਲਾ ਖੈਰ ਕਰੇ ਯਾਰ ਕਰਨਾ ਨਹੀਂ ਚਾਹੀਏ ਜੋ ਜਿੱਧਰ ਹੈ ਉਸਕੋ ਉਧਰ ਲਗਾ ਰਹੇ ਚਾਹੀਏ ਅੱਜ ਕੱਲ੍ਹ ਕਾ ਐਸਾ ਦੌਰ ਹੈ ਭਾਈ ਠੀਕ ਹੈ ਨਾ ਤੋ ਅਭੀ ਤੋ ਇਹ ਸੀਨ ਹੋ ਗਿਆ ਇਤਨਾ ਜ਼ਿਆਦਾ ਸਖਤੀ ਹੋ ਗਈ ਹੈ ਕਿ ਸਾਰਾ ਸ਼ੀਆ ਕਮਿਊਨਿਟੀ ਨੇ ਭਾਈ ਡਿਸਾਈਡ ਕਿ ਕੋਈ ਵੀਡੀਓ ਨਹੀਂ ਬਣਾਏਗਾ ਇਸ ਮਰਤਬਾ ਜਾ ਕਰ ਜੋ ਵੀਡੀਓ ਬਣਾਏਗਾ ਉਨਕੀ ਤੋ ਉਨਕੋ ਭਾਈ ਮੋਬਾਈਲ ਵੀ ਛੀਨ ਲਿਆ ਜਾਏਗਾ ਸਜ਼ਾ ਵੀ ਮਿਲੇਗੀ ਸਾਰਾ ਕੁਛ ਹੋਗਾ ਤੋ ਬਿਹਤਰ ਹੈ ਕਿ ਵੀਡੀਓ ਨਾ ਹੀ ਬਣਾਈ ਜਾ ਕੇ ਐਵੇਂ ਰੌਲਾ ਪਵਾਉਣਾ ਠੀਕ ਹੈ ਨਾ ਸੋ ਹਮ ਵੀਡੀਓ ਨਹੀਂ ਬਣਾਏਂਗੇ ਕਿਸੇ ਵੀ ਕਿਸਮ ਦੀ ਕੋਸ਼ਿਸ਼ ਵੀ ਨਹੀਂ ਕਰੇਂਗੇ ਠੀਕ ਹੈ ਨਾ ਵੈਸੇ ਵੀ ਕੱਲ੍ਹ 9 ਹੈ ਪਰਸੋਂ 10 ਖਤਮ ਹੋ ਜਾਣਾ ਸਾਰਾ ਕੁਛ ਸੀਨ ਤੋ 2 ਦਿਨ ਰਹਿ ਗਏ ਹੈ ਬਾਕੀ ਬਾਜ਼ਾਰ ਦੂਰ ਖੁੱਲ ਜਾਂਗੇ ਫਿਰ ਪ੍ਰੈਂਕਸ ਜੇ ਵੈਸੇ ਵੀ ਯਾਰ ਇੱਕ ਜੇ ਦਿਨ 2 ਦਿਨਾਂ ਮੈਂ ਪ੍ਰੈਂਕਸ ਵੀਡੀਓ ਤਾਂ ਬਿਲਕੁਲ ਨਹੀਂ ਕਰਦੇ ਨਾ ਕੋਈ ਮੀਨਸ ਕੀ ਕਰਦੇ ਹਾਂ ਅਸੀਂ ਵੀਡੀਓ ਬਣਾਉਂਦੇ ਹਾਂ ਕਿਉਂਕਿ ਗਮ ਕਾ ਮਹੀਨਾ ਬਸ ਸਮਝ ਸਕਦੇ ਹਾਂ ਆਪ ਠੀਕ ਹੈ ਨਾ ਤੋ ਤੋ ਭਾਈ ਇਹ ਵੀਡੀਓ ਹਮ ਇਧਰ ਹੀ ਐਂਡ ਕਰਦੇ ਹੈ ਉਮੀਦ ਕਰਦੇ ਜੇ ਆਪਕੋ ਇਹ ਛੋਟਾ ਸਾ ਵੀਡੀਓ ਤੁਹਾਡਾ ਅੱਛਾ ਲੱਗਾ ਹੋਗਾ ਅਗਰ ਅੱਛਾ ਲੱਗਾ ਇਸਕੋ ਲਾਈਕ ਸ਼ੇਅਰ ਕਮੈਂਟ ਔਰ ਚੈਨਲ ਕੋ ਜਾਤੇ ਹੋਏ ਸਬਸਕ੍ਰਾਈਬ ਕਰਤੇ ਜਾਈਏਗਾ ਮਿਲਦੇ ਹੈ ਕੱਲ੍ਹ ਫਿਰ ਇੱਕ ਨਵੇਂ ਵਲੋਗ ਮੈਂ ਤਬ ਤੱਕ ਆਪਣਾ ਖਿਆਲ ਮੈਂ ਢੇਰ ਸਾ ਦੁਆ ਕਰੀਗਾ ਅੱਲਾ ਹਾਫਿਜ਼ ਕਰ ਦਿਓ ਅੱਲਾ ਹਾਫਿਜ਼ ਅੱਲਾ ਵੀ ਆਹਾ।